बाबा इंद्र सिंह जी वेरका वेरका स्टेडियम दे विच क्रिकेट टूरनामेंट करवाया गया जिथे मुख मेहमान वजो इंप्रूवमेंट ट्रस्ट के पूर्व चेयरमैन पहुंचे ने बसी जी। दो दिन तक टूरनामेंट चलिया है, बहुत सोहना सी वेख्या, बड़ा उत्साह है नौजवानों नू है जिहड़ियां कुरीतियां उन्हां तों दूर करन लई कहा गया। मैं धन्नवाद करना जथेदार बाबा इंद्रजीत सिंह जी वेरका दे परिवार वालियां दा और खास करके वेरके दे नौजवान मल्लीवीर जी ने, बबलू जी ने और जिहड़ी इह मैनेजमेंट है बहुत वधिया उपराला कीता, एक नौजवानी नूं चंगे राह दे लैके जाण लई इन्हां ने एक रस्ता दिखाया। और खास करके तुसीं वेख्या कि पूरे पंजाब तों टीमां आईआं सी, कोई कल फिरोजपुर, मोगा, हुण जिहदा भिखी पिंड वाले जिते और इस तरह हर अलग अलग पिंडां चों मूढ़ल वाले सी, वेरके दीआं 5-6 टीमां सी, इह सारियां ने अज कल तो लगे और बहुत एक वधिया उपराला कीता। जिहड़े कमेंटेंट सी ओह वी बाहरों बुलाए गए लेकिन ओह वी वधिया रौनकां ला रहे सी, बच्चियां ने अपना जो जो इत्थे काम कीते सारी एक टीम वर्क दे तौर ते वधिया काम कीता। मैं इहनां दा धन्नवाद करदा और मैं समझदा कि अज पंजाब नूं लोड़ है इस रस्ते ते, सरकारां नूं इह मुद्दे इशू चुकने चाहीदे, अपने राय पाने चाहीदे आ, सरकारां नूं इहो जिहे वड्डे वड्डे टूरनामेंट कराने चाहीदे आ कि पंजाब नूं दी नौजवानी नूं कोई ना कोई टूरनामेंट कराओ। तुसीं हुणे वेख्या सी इत्थे कोई एक नौजवान साथी सी ओह रस्से दे नाल मोटरसाइकिल खिंच रिहा सी, एक ਵਧੀਆ ਉਪਰਾਲਾ ਪੰਜਾਬ ਇੱਕ ਵਧੀਆ ਸੁਨੇਹਾ ਦੇ ਰਿਹਾ। ਮੈਂ ਦੇਖਿਆ ਕਿ ਇਹ ਵੇਰਕਾ ਬੈਲਟ ਦੇ ਵਿੱਚ ਇਹੋ ਜਿਹਾ ਸਟੇਡੀਅਮ ਤੁਹਾਡੇ ਰਾਜ ਦੇ ਵਿੱਚ ਹੀ ਬਣਿਆ, ਤੁਹਾਡੇ ਜਦੋਂ ਤੁਸੀਂ ਚੇਅਰਮੈਨ ਸੀਗੇ ਉਦੋਂ ਰੱਖਿਆ ਗਿਆ ਸੀਗਾ ਇਹਦਾ ਨੀਂਹ ਪੱਥਰ, ਪਰ ਇਸ ਨੂੰ ਅੱਗੇ ਡਿਵੈਲਪ ਨਹੀਂ ਕਰਾਇਆ ਯਾਰ। ਦੇਖੋ ਜਦੋਂ ਮੈਂ ਸ਼ੁਰੂ ਕਰਾਇਆ ਸੀ ਤੇ ਉਦੋਂ ਮੈਨੂੰ 3,32,00,000 ਰੁਪਇਆ ਇਹਦਾ ਅਲਾਟ ਕੀਤਾ ਸੀ, ਲੇਕਿਨ ਉਸ ਤੋਂ ਬਾਅਦ ਜਦੋਂ ਮੈਂ 22 ਸਤੰਬਰ 2021 ਨੂੰ ਮੈਂ ਉਤਰਿਆ ਉਹਦੇ ਨਾਲ ਹੀ ਜਸਟ ਥੋੜੇ ਦਿਨਾਂ ਬਾਅਦ ਹੀ ਬੰਦ ਕਰਾ ਦਿੱਤਾ ਗਿਆ ਕੰਮ, ਉਹਨੂੰ ਬੰਦ ਕਰਾ ਕੇ ਤੇ ਇਹ ਜਿਸ ਤਰ੍ਹਾਂ ਸੀ ਐਜ਼ ਇਟ ਇਜ਼ ਹੀ ਕੰਮ ਰਹਿ ਗਿਆ। ਕਈ ਇਨਕੁਆਰੀਆਂ ਵੀ ਕੀਤੀਆਂ, ਮੇਰੇ ਖਿਲਾਫ ਝੂਠੇ ਪਰਚੇ ਵੀ ਕੀਤੇ ਗਏ, ਲੇਕਿਨ ਉਹਦੀਆਂ ਇਨਕੁਆਰੀਆਂ ਵੀ ਹੋਈਆਂ, ਉਹ ਸਾਰੀਆਂ ਇਨਕੁਆਰੀਆਂ ਤੋਂ ਬਾਅਦ ਸਭ ਕੁਝ ਕਲੀਅਰ ਹੋ ਗਿਆ ਤੇ ਕਿਉਂ ਨਹੀਂ ਇਹ ਕੰਮ ਕਰਾਏ ਜਾ ਰਹੇ। ਅੱਜ ਲਗਭਗ ਸਮਝ ਲਓ ਕਿ 3 ਸਾਲ ਹੋ ਗਏ, ਅੱਜ ਇਹ ਸਟੇਡੀਅਮ ਇੱਕ ਖੂਬਸੂਰਤ ਹੋਣਾ ਚਾਹੀਦਾ। ਜਦੋਂ ਅਸੀਂ ਸਟੇਡੀਅਮ ਦੇ ਪਾਸ ਕੀਤਾ ਸੀ ਮੈਂ ਸਮਝਦਾ ਕਿ ਉਦੋਂ ਦੇ ਫਲੱਡ ਲਾਈਟ ਸੀ, ਬਜ਼ੁਰਗਾਂ ਦੇ ਸੈਰ ਕਰਨ ਲਈ ਇੱਥੇ ਬਣਾਇਆ ਗਿਆ ਸੀ, ਵਾਸ਼ਰੂਮ ਸੀ, ਅੱਜ ਟੈਂਕਰਾਂ ਦੇ ਥਰੂ ਇੱਥੇ ਦੇ ਬੱਚੇ ਖੇਡਣ ਲਈ ਟੈਂਕਰਾਂ ਦੇ ਥਰੂ ਪਾਣੀ ਮੰਗਾ ਰਹੇ ਆ, ਗੁਰਦੁਆਰਾ ਬਾਬਾ ਭੂਰੀ ਸਾਹਿਬ ਵਾਲਿਆਂ ਤੋਂ ਰਿਕੁਐਸਟ ਕਰਕੇ ਇੱਥੇ ਟੈਂਕਰ ਪਾਣੀ ਦੀਆਂ ਮਸ਼ੀਨਾਂ ਸੀ, ਜਿਮ ਸੀ, ਹਰੇਕ ਤਰ੍ਹਾਂ ਦੀ ਫੈਸਿਲਿਟੀ। ਅੱਜ ਤੁਸੀਂ ਹਾਲਾਤ ਵੇਖੋ, ਲਾਲ ਪੱਥਰ ਉਦੋਂ ਦਾ ਲੱਗਾ, ਜੰਗਲੇ ਲੱਗੇ, ਅੱਜ ਇੱਥੇ ਸਫਾਈ ਨਹੀਂ। ਕੱਲ ਮੈਨੂੰ ਦੱਸ ਰਹੇ ਸੀ ਕਿ ਸਾਡੇ ਬੱਚਿਆਂ ਨੇ 10,000 ਰੁਪਇਆ ਦੇ ਕੇ ਘਾਹ ਕਟਾਇਆ, ਲਾਈਟਾਂ ਦਾ 30-40,000 ਰੁਪਇਆ। ਯਾਰ ਇਹਨਾਂ ਨੂੰ ਬੱਚਿਆਂ ਨੂੰ ਲੋੜ ਨਹੀਂ, ਇਹ ਤੇ ਸਾਨੂੰ ਲੋਕਾਂ ਨੂੰ ਲਾਹਨਤ ਹੈ ਜੇ ਅਸੀਂ ਸੇਵਾ ਕਰਨ ਨੂੰ ਕਹਿੰਦੇ ਹਾਂ ਤੇ ਜੇ ਅਸੀਂ ਕੰਮ ਕਰਨ ਵਾਸਤੇ ਤੇ ਅਸੀਂ ਵਿਤਕਰਾ ਕਰੀਏ। ਵੇਰਕੇ ਵਾਲਿਆਂ ਨੇ ਤੇ ਹਮੇਸ਼ਾ ਹੀ ਵਿਤਕਰਾ ਕਰਦੇ ਰਹੇ ਬਾਕੀ ਪਾਰਟੀਆਂ, ਲੇਕਿਨ ਵੇਰਕੇ ਵਾਲਿਆਂ ਨੇ ਵੀ ਡਟ ਕੇ ਜਵਾਬ ਦਿੱਤਾ, ਜਿਹਨੇ ਵਿਤਕਰਾ ਕੀਤਾ ਉਹਨੂੰ ਚੱਲਦਾ ਵੀ ਕੀਤਾ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੇਰਕੇ ਦੇ ਸਟੇਡੀਅਮ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਗਿਆ, 2 ਦਿਨ ਦਾ ਟੂਰਨਾਮੈਂਟ ਸੀਗਾ ਜਿਹਦੇ ਤੇ ਪੰਜਾਬ ਦੀਆਂ ਵੱਖ ਵੱਖ ਟੀਮਾਂ ਆਈਆਂ, ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਤੋਂ ਟੀਮਾਂ ਆਈਆਂ ਨੇ, ਜੇਤੂ ਟੀਮ ਨੂੰ ਇਨਾਮ ਵੀ ਦਿੱਤੇ ਗਏ ਨੇ। ਸੋ ਬਬਲੂ ਵੇਰਕਾ ਜੀ ਨੇ, ਮੱਲੀ ਜੀ ਨੇ ਜਿਹੜੇ ਕਿ ਇਹ ਟੂਰਨਾਮੈਂਟ ਨੂੰ ਕਰਵਾਇਆ ਸੀ, ਜਿਨ੍ਹਾਂ ਵੱਲੋਂ ਔਰ ਉਤਸ਼ਾਹਿਤ ਵੀ ਕੀਤਾ ਗਿਆ ਹੈ, ਇਨਾਮ ਦਿੱਤੇ ਗਏ ਨੇ, ਨਗਦ ਇਨਾਮ ਦਿੱਤੇ ਗਏ ਨੇ, ਟਰਾਫੀਆਂ ਵੰਡੀਆਂ ਗਈਆਂ ਨੇ। ਅਸੀਂ ਬਬਲੂ ਜੀ ਨਾਲ ਵੀ ਗੱਲ ਕਰਨੇ ਆ, ਤੁਹਾਡਾ ਉਪਰਾਲਾ ਵਾਕਈ ਹੀ ਕਾਬਿਲ ਤਾਰੀਫ ਹੈ ਕਿ ਨੌਜਵਾਨੀ ਇਸ ਵੇਲੇ ਸਿੱਧੇ ਰਾਹ ਆਉਣੀ ਚਾਹੀਦੀ ਹੈ, ਮਗਰ ਤੁਸੀਂ ਕੋਸ਼ਿਸ਼ ਕਰ ਰਹੇ ਹੋ ਜਿਹੜੇ ਕੁਰਾਹੇ ਤੇ ਨਾ ਜਾਣ ਇੱਧਰ ਆਣ, ਪਰ ਫਿਰ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਥੋੜੀ ਜਿਹੀ ਕਮੀ ਹੈ। ਕਮੀ ਸਰਕਾਰਾਂ ਦੀ ਬਹੁਤ ਵੱਡੀ ਕਮੀ ਹੈ, ਸਾਡੇ ਇਲਾਕੇ 'ਚ ਬਹੁਤ ਜ਼ਿਆਦਾ ਨਸ਼ਾ ਸਾਡੇ ਆਪਣੇ ਘਰਾਂ 'ਚ ਵੜਿਆ ਪਿਆ, ਉਸ ਨੂੰ ਰੋਕਣ ਵਾਸਤੇ ਅਸੀਂ ਸਾਰੇ ਆਪਣੇ ਰਲ ਮਿਲ ਕੇ ਸਾਰੇ ਪਿੰਡ ਦੇ ਵਸਨੀਕ, ਸਾਡੇ ਨੇਤਾ ਸਾਹਿਬ ਬਸੀ ਭਾਅ ਜੀ ਸਾਰਿਆਂ ਨੇ ਇੱਕ ਉਪਰਾਲਾ ਕੀਤਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਿਆ ਜਾਵੇ ਤਾਂ ਕਿ ਖੇਡਾਂ ਦੇ ਵਿੱਚ ਉਹਨਾਂ ਦਾ ਰੁਝਾਨ ਵਧੇ ਤੇ ਨਾ ਵਾਰਾ ਫਿਰਨ ਤੇ ਨਾ ਨਸ਼ੇ ਕਰਨ। ਨੌਕਰੀਆਂ ਤੇ ਕਿਤੇ ਹੈ ਨਹੀਂ, ਸਰਕਾਰਾਂ ਦਾ ਬਹੁਤ ਮੰਦਾ ਹਾਲ ਹੈ, ਕਿਸੇ ਵੀ ਫੀਲਡ 'ਚ ਵੇਖ ਲਓ ਸਰਕਾਰ ਕਿਸੇ ਬੰਨੇ ਧਿਆਨ ਨਹੀਂ ਦੇ ਰਹੀ ਆ। ਸਟੇਡੀਅਮ ਦੇਖੋ ਆਪਾਂ ਤਿਆਰ ਕੀਤਾ ਖੇਡਾਂ ਵਾਸਤੇ, ਇਹ ਸਟੇਡੀਅਮ ਤਿਆਰ ਕਰਨ ਵਾਸਤੇ ਸਾਡਾ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ, ਸਰਕਾਰ ਦਾ ਕੋਈ ਸਹਿਯੋਗ ਨਹੀਂ ਹੈ, ਇਸ ਬੰਨੇ ਖੇਡਾਂ ਵੱਲ ਕੋਈ ਧਿਆਨ ਨਹੀਂ ਹੈਗਾ। ਇਹ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਪੰਜਾਬ ਦਾ ਭਵਿੱਖ ਹੈ, ਇਹਨਾਂ ਨੂੰ ਸੇਧ ਦੇਣ ਵਾਸਤੇ ਸਰਕਾਰ ਨੂੰ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਜੋ ਸਰਕਾਰ ਧਿਆਨ ਨਹੀਂ ਦੇ ਰਹੀ। ਇਸ ਲਈ ਆਪਾਂ ਆਪਣੇ ਤੌਰ ਤੇ ਜਿੰਨਾ ਹੋ ਸਕਦਾ ਹੈ ਉਹ ਕੰਮ ਕਰ ਰਹੇ ਹਾਂ, ਅੱਗੇ ਵੀ ਕਰਦੇ ਰਹਾਂਗੇ। ਸੋ ਤੁਸੀਂ ਦੇਖਿਆ ਬਾਬਾ
ईशर सिंह जी वेरका वेरका स्टेडियम दे विच टूरनामेंट जिहड़ा करवाया गया है। दो दिन का टूरनामेंट सीगा जिहदे विच पंजाब तो वख-वख टीमां आईयां सीगियां, अमृतसर तो वख-वख टीमां आईयां सीगियां और जेतू टीमां नूं इनाम भी दित्ते गए ने। स्टेडियम दे विच नौजवान खड़े ने, एक कुरीतियां दे विच फसिया नौजवान है, उन्हां नूं बाहर लैके आना और खेडां प्रति जागरूक करना, ये इन्हां दी एक पहल है और इस पहल दे तहत जड़ा के काम किया जा रहा है। ये स्टेडियम दे विच क्रिकेट टूरनामेंट करवाया गया सीगा, दो दिन का क्रिकेट टूरनामेंट सीगा जड़ा इस स्टेडियम दे विच करवाया गया है। दिनेश बसी जड़े पूर्व प्रधान ने इंप्रूवमेंट ट्रस्ट के, वो मुख्य मेहमान वजो आए थे और जेतू खिडारियों को इनाम भी दिए गए हैं। कैमरा पर्सन नितेश के साथ ज्योति बहल, दैनिक सवेरा टीवी अमृतसर। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।